जी वाहिगुरु जी का खालसा वाहिगुरु जी की फतेह। सो इस वीडियो में असीं गल करांगे यूएस मैक्सीको दे बॉर्डर तो जिहड़ी लेटेस्ट अपडेट आई हैगी है, अते दूसरे नंबर ते गल करांगे टैक्सस दे गवर्नर ने जो ऐलान किया हैगा कि वह बॉर्डर दे उत्ते वॉल बनाउण जा रहे हैं, कंध बनाउण जा रहे हैं। सो वीडियो नूं शुरू करन तों पहला रिक्वेस्ट है चैनल नूं जेकर अजे तक तुसीं सबसक्राइब नहीं किया थले लाल रंग दे सबसक्राइब बटन नूं प्रेस करो, नाल बैल आइकन नूं प्रेस करो तां जो जो भी असीं नवीं वीडियो पाईए वो तुहाडे तक पहुँच सके। I want to be clear to folks in this region who are thinking about making that dangerous trek to the United States-Mexico border. Do not come. Do not come. So, ਇਹ ਸਨ ਵਾਈਸ ਪ੍ਰੈਜ਼ੀਡੈਂਟ ਕੈਮਲਾ ਹੈਰਿਸ ਜਿਨ੍ਹਾਂ ਨੇ ਪਿਛਲੇ ਹਫ਼ਤੇ ਗਵਾਟੇਮਾਲਾ ਅਤੇ ਮੈਕਸੀਕੋ ਨਾਲ ਲੱਗਦੇ ਜਿਹੜੇ ਇਹਨਾਂ ਦੇ ਗੁਆਂਢੀ ਮੁਲਕ ਹੈਗੇ ਆ ਉੱਥੋਂ ਦਾ ਇਹਨਾਂ ਨੇ ਦੌਰਾ ਕੀਤਾ ਸੀ। ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ। ਉੱਥੇ ਇਹਨਾਂ ਨੇ ਕਿਹਾ ਹੈਗਾ ਕਿ ਕੋਈ ਵੀ ਯੂਐਸ ਮੈਕਸੀਕੋ ਬਾਰਡਰ ਉੱਤੇ ਨਾ ਆਵੇ। ਤੁਸੀਂ ਦੇਖਿਆ ਵੀਡੀਓ ਵਿੱਚ ਡੂ ਨੋਟ ਕਮ ਦੋ ਵਾਰੀ ਇਹਨਾਂ ਨੇ ਕਿਹਾ ਹੈਗਾ। ਇਹਨਾਂ ਨੇ ਕਿਹਾ ਹੈਗਾ ਕਿ ਜੇਕਰ ਕੋਈ ਵੀ ਯੂਐਸ ਮੈਕਸੀਕੋ ਦੇ ਬਾਰਡਰ ਉੱਤੇ ਆਉਂਦਾ ਹੈਗਾ ਉਹਨੂੰ ਵਾਪਸ ਭੇਜ ਦਿੱਤਾ ਜਾਊਗਾ। ਸੋ ਜਿਵੇਂ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਕਈ ਵਾਰ ਆਪਣੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਹੈਗੀ ਹੈ ਯੂਐਸ ਮੈਕਸੀਕੋ ਦੇ ਬਾਰਡਰ ਉੱਤੇ ਜਿਹੜੇ ਹਾਲਾਤ ਬਣੇ ਹੋਏ ਸਨ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲਗਾਤਾਰ ਬਾਰਡਰ ਕ੍ਰੋਸ ਕਰਕੇ ਆਉਣ ਦੀ ਜੋ ਕੋਸ਼ਿਸ਼ ਕਰ ਰਹੇ ਸਨ, ਜਿਸ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਇਡਨ ਨੇ ਇਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਕੈਮਲਾ ਹੈਰਿਸ ਇਹਨਾਂ ਦੀ ਡਿਊਟੀ ਲਗਾਈ ਸੀ ਕਿ ਬਾਰਡਰ ਉੱਤੇ ਜਿਹੜੇ ਹਾਲਾਤ ਬਣੇ ਹੋਏ ਹੈਗੇ ਆ ਇਹਨੂੰ ਕੰਟਰੋਲ ਕੀਤਾ ਜਾਵੇ। ਸੋ ਪਿਛਲੇ ਹਫ਼ਤੇ ਵਾਈਸ ਪ੍ਰੈਜ਼ੀਡੈਂਟ ਕੈਮਲਾ ਹੈਰਿਸ ਨੇ ਇਹਨਾਂ ਦੇ ਜਿਹੜੇ ਗੁਆਂਢੀ ਮੁਲਕ ਜਿਹੜੇ ਹੈਗੇ ਆ ਗਵਾਟੇਮਾਲਾ ਅਤੇ ਮੈਕਸੀਕੋ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਹੈਗੀ ਹੈ ਤਾਂ ਜੋ ਜਿਹੜੇ ਲੋਕ ਵੀ ਗਵਾਟੇਮਾਲਾ ਅਤੇ ਮੈਕਸੀਕੋ ਦੇ ਬਾਰਡਰ ਦੇ ਥਰੂ ਯੂਐਸਏ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਨੂੰ ਉੱਥੇ ਹੀ ਰੋਕਿਆ ਜਾਵੇ। ਸੋ ਇਹਨਾਂ ਨੇ ਜੋ ਦੇਖਿਆ ਤੁਸੀਂ ਵੀਡੀਓ ਦੇ ਵਿੱਚ ਉੱਥੇ ਇਹਨਾਂ ਨੇ ਕਿਹਾ ਹੈਗਾ ਕਿ ਕੋਈ ਵੀ ਯੂਐਸ ਮੈਕਸੀਕੋ ਦੇ ਬਾਰਡਰ ਉੱਤੇ ਨਾ ਆਵੇ। ਜਿਹੜੇ ਲੋਕ ਵੀ ਯੂਐਸ ਮੈਕਸੀਕੋ ਦੇ ਬਾਰਡਰ ਉੱਤੇ ਆ ਕੇ ਯੂਐਸਏ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਊਗਾ। ਬਾਕੀ ਜੇਕਰ ਇਹਨਾਂ ਦੀ ਜਿਹੜੀ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜੀ ਫੋਰਸ ਹੈਗੀ ਹੈ ਉਹਨਾਂ ਦਾ ਡੇਟਾ ਦੇਖਿਆ ਜਾਵੇ ਤਾਂ ਹਰ ਰੋਜ਼ ਅਜੇ ਵੀ ਬਹੁਤ ਸਾਰੇ ਲੋਕ ਬਾਰਡਰ ਕ੍ਰੋਸ ਕਰਕੇ ਯੂਐਸਏ ਦੇ ਵਿੱਚ ਆ ਰਹੇ ਹੈਗੇ ਆ, ਕਿਉਂਕਿ ਬਹੁਤ ਸਾਰੇ ਸਾਡੇ ਸਬਸਕ੍ਰਾਈਬਰਸ ਵਿਊਅਰਸ ਲਗਾਤਾਰ ਸਵਾਲ ਕਰਦੇ ਹੈਗੇ ਆ ਕਿ ਬਾਰਡਰ ਕ੍ਰੋਸ ਕਰਕੇ ਲੋਕ ਆ ਰਹੇ ਆ ਜਾਂ ਨਹੀਂ ਆ ਰਹੇ ਆ। ਸੋ ਜੇਕਰ ਤੁਸੀਂ ਡੇਟਾ ਦੇਖੋਗੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਲਗਭਗ 1,70,000 ਤੋਂ ਉੱਪਰ ਜਿਹੜੇ ਲੋਕ ਯੂਐਸਏ ਦੇ ਵਿੱਚ ਆਏ ਹੈਗੇ ਆ ਬਾਰਡਰ ਕ੍ਰੋਸ ਕਰਕੇ, ਪਿਛਲੇ ਮਹੀਨੇ ਮਈ ਦਾ ਜੇਕਰ ਡੇਟਾ ਦੇਖੀਏ ਤਾਂ ਲਗਭਗ 1,80,000 ਤੋਂ ਜ਼ਿਆਦਾ ਲੋਕ ਜੋ ਹੈ ਯੂਐਸਏ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਆਏ ਹੈਗੇ ਆ। ਅਗਲੀ ਜਿਹੜੀ ਖਬਰ ਹੈਗੀ ਹੈ ਇਹ ਵੀ ਯੂਐਸ ਮੈਕਸੀਕੋ ਦੇ ਬਾਰਡਰ ਬਾਰੇ ਹੈਗੀ ਹੈ। ਟੈਕਸਸ ਦੇ ਜਿਹੜੇ ਗਵਰਨਰ ਹੈਗੇ ਆ ਇਹਨਾਂ ਨੇ ਅਨਾਊਂਸ ਕੀਤਾ ਹੈਗਾ ਕਿ ਪਿਛਲੇ ਜਿਹੜੇ ਪ੍ਰੈਜ਼ੀਡੈਂਟ ਸੀ ਡੋਨਲਡ ਟਰੰਪ ਜਿਨ੍ਹਾਂ ਨੇ ਯੂਐਸ ਮੈਕਸੀਕੋ ਦੇ ਬਾਰਡਰ ਉੱਤੇ ਵਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਕੰਧ ਜਿਹੜੀ ਬਣਾ ਰਹੇ ਸੀ, ਜਿਹਨੂੰ ਕਿ ਪ੍ਰੈਜ਼ੀਡੈਂਟ ਜੋ ਬਾਇਡਨ ਜਦੋਂ ਆਏ ਹੈਗੇ ਆ ਇਹਨਾਂ ਨੇ ਯੂਐਸ ਮੈਕਸੀਕੋ ਦੇ ਬਾਰਡਰ ਉੱਤੇ ਵਾਲ ਬਣਾਉਣ ਦਾ ਕੰਮ ਰੋਕ ਦਿੱਤਾ ਸੀ। ਸੋ ਹੁਣ ਟੈਕਸਸ ਦੇ ਗਵਰਨਰ ਨੇ ਕਿਹਾ ਹੈਗਾ ਕਿ ਟੈਕਸਸ ਦੇ ਬਾਰਡਰ ਦੇ ਨਾਲ ਲੱਗਦਾ ਮੈਕਸੀਕੋ ਦਾ ਜਿਹੜਾ ਬਾਰਡਰ ਹੈਗਾ ਉੱਥੇ ਹੁਣ ਜੋ ਹੈ ਇਹ ਖੁਦ ਜੋ ਹੈ ਵਾਲ ਬਣਾਉਣਗੇ। ਵਾਲ ਬਣਾਉਣ ਦੇ ਵਾਸਤੇ ਇਹਨਾਂ ਨੇ ਕਿਹਾ ਹੈਗਾ ਕਿ ਬਜਟ ਜਿਹੜਾ ਹੈਗਾ ਇਹਨਾਂ ਦੀ ਸਟੇਟ ਦਾ ਉੱਥੋਂ ਇਹ $1 billion ਜੋ ਹੈ ਇਸ ਵਾਲ ਨੂੰ ਬਣਾਉਣ ਵਾਸਤੇ ਜੋ ਹੈ ਦੇਣਗੇ। ਬਾਕੀ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਯੂਐਸਏ ਦੀ ਟੈਕਸਸ ਸਟੇਟ ਜਿਹੜੀ ਹੈਗੀ ਹੈ ਇਹਦਾ ਬਾਰਡਰ ਮੈਕਸੀਕੋ ਦੇ ਬਾਰਡਰ ਦੇ ਨਾਲ ਲੱਗਦਾ ਹੈਗਾ। ਸੋ ਟੈਕਸਸ ਦੇ ਗਵਰਨਰ ਦਾ ਕਹਿਣਾ ਹੈ ਕਿ ਪ੍ਰੈਜ਼ੀਡੈਂਟ ਜੋ ਬਾਇਡਨ ਜੋ ਨਵੀਆਂ ਨੀਤੀਆਂ ਜਿਹੜੀਆਂ ਲੈ ਕੇ ਆ ਰਹੇ ਹੈਗੇ ਆ ਇਮੀਗ੍ਰੇਸ਼ਨ ਦੇ ਸਿਸਟਮ ਦੇ ਵਿੱਚ, ਪ੍ਰੈਜ਼ੀਡੈਂਟ ਪਿਛਲੇ ਜਿਹੜੇ ਸੀ ਡੋਨਲਡ ਟਰੰਪ ਉਹਨਾਂ ਦੀਆਂ ਪਾਲਿਸੀਆਂ ਨੂੰ ਕੈਂਸਲ ਕੀਤਾ ਜਾ ਰਿਹਾ ਹੈ, ਇਮੀਗ੍ਰੇਸ਼ਨ ਦੀਆਂ ਨਵੀਆਂ ਪਾਲਿਸੀਆਂ ਲਿਆਂਦੀਆਂ ਜਾ ਰਹੀਆਂ, ਇਹਦੇ ਕਾਰਨ ਹੀ ਯੂਐਸ ਮੈਕਸੀਕੋ ਦੇ ਬਾਰਡਰ ਉੱਤੇ ਇਲੀਗਲ ਕ੍ਰੋਸਿੰਗ ਹੋ ਰਹੀ ਹੈਗੀ ਹੈ, ਲਗਾਤਾਰ ਲੋਕਾਂ ਦੀ ਜੋ ਗਿਣਤੀ ਵੱਧ ਰਹੀ ਹੈਗੀ ਹੈ, ਲਗਾਤਾਰ ਲੋਕ ਯੂਐਸ ਮੈਕਸੀਕੋ ਦੇ ਬਾਰਡਰ ਨੂੰ ਕ੍ਰੋਸ ਕਰਕੇ ਯੂਐਸਏ ਵਿੱਚ ਐਂਟਰ ਹੋਣ ਦੀ ਜੋ ਹੈ ਕੋਸ਼ਿਸ਼ ਕਰ ਰਿਹਾ ਹੈਗਾ। ਸੋ ਇਸ ਕਰਕੇ ਇਹਨਾਂ ਨੇ ਕਿਹਾ ਹੈਗਾ ਕਿ ਇਹ $1 billion ਜੋ ਹੈ ਉਸ ਵਾਲ ਨੂੰ ਬਣਾਉਣ ਦੇ ਵਾਸਤੇ ਦੇਣਗੇ। ਬਾਕੀ ਕਿਹਾ ਜਾ ਰਿਹਾ ਹੈ ਕਿ ਸਟੇਟ ਦੇ ਕੋਲ ਇਹ ਅਥਾਰਟੀ ਨਹੀਂ ਹੈਗੀ ਹੈ ਕਿ ਉਹ ਬਾਰਡਰ ਦੇ ਉੱਤੇ ਵਾਲ ਬਣਾਵੇ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਇਡਨ ਇਹਦੇ ਉੱਤੇ ਕੀ ਐਕਸ਼ਨ ਲੈਂਦੇ ਹੈਗੇ ਆ, ਕੀ ਉਹਨਾਂ ਦਾ ਸਟੇਟਮੈਂਟ ਆਉਂਦਾ ਹੈਗਾ, ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂਗਾ। ਸੋ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਵੀ ਯੂਐਸ ਮੈਕਸੀਕੋ ਦੇ ਬਾਰਡਰ ਨੂੰ ਲੈ ਕੇ ਜਾਂ ਫਿਰ ਯੂਐਸਏ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਅਪਡੇਟ ਆਉਂਦੀ ਹੈ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਸੋ ਚੈਨਲ ਨੂੰ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਓਕੇ ਜੀ, ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।